मैं अपने पिंड आया सी विसाखी दीआं छुट्टियां ते, ते छुट्टियां हो गईआं ने अज खत्म, ते सवेरे जाना हैगा दिल्ली ऑफिस दे विच। ते ए अपनी गड्डी आ ऑडी जिहदे विच आपां जावांगे जलंधर तों दिल्ली। ते चलो आओ सफ़र की शुरुआत करदे आ। ते सब तों पहलां ओह पेट्रोल पंप तों पाईए तेल। ਇਹ ਆਡੀ ਦੇ ਵਿੱਚ ਪੈਂਦਾ ਹੈਗਾ X95 ਜਾਣੀ ਕਿ ਪਾਵਰ ਪੈਟਰੋਲ। ਲਓ ਜੀ ਤੇਲ ਪੈ ਗਿਆ ਗੱਡੀ ਦੇ ਵਿੱਚ ਤੇ ਪੇਮੈਂਟ ਵੀ ਹੋ ਗਈ ਆ। ਕਰੀਏ ਸਫ਼ਰ ਦੀ ਸ਼ੁਰੂਆਤ। ਆ ਸਾਹਮਣੇ ਮੇਰੇ ਆ ਗੁਰੂ ਨਾਨਕ ਮਿਸ਼ਨ ਚੌਂਕ ਤੇ ਇੱਕ ਗੁਰਦੁਆਰਾ ਸਾਹਿਬ। ਜਲੰਧਰ ਤੋਂ ਆਪਾਂ ਚੱਲੇ ਹਾਂ 12:30 ਰਾਤ ਦੇ, ਤੇ ਸਵੇਰੇ ਆਪਾਂ ਦਿੱਲੀ ਪਹੁੰਚ ਜਾਵਾਂਗੇ 8:30 ਵਜੇ, ਤੇ ਆਫਿਸ ਵੀ 9 ਵਜੇ ਲੱਗ ਜਾਣਾ, ਤੇ ज्वाइन कर लेंगे ऑफिस जाके। ये है जलंधर का PAP चौंक। आ इतों बसा चल दिया होंदिया वॉल्वो अमृतसर तो आदिया ने, ते आ PAP चौंक ते खड़िया होंदिया ने। ਤੁਹਾਡਾ ਜਿਹੜਾ ਵੀ ਤੁਸੀਂ ਬੁਕਿੰਗ ਕਰਵਾਈ ਹੋਵੇ ਦਿੱਲੀ ਵਾਸਤੇ ਜਾਂ ਜਿੱਥੇ ਰਾਜਪੁਰੇ ਵਾਸਤੇ, ਇੱਥੋਂ ਬੱਸਾਂ ਜਾਂਦੀਆਂ ਨੇ PAP ਚੌਂਕ ਤੋਂ, ਅਤੇ ਇਹ ਅੰਮ੍ਰਿਤਸਰ ਤੋਂ ਜ਼ਿਆਦਾ ਚੱਲਦੀਆਂ ਨੇ। ਲਓ ਜੀ ਆਪਾਂ ਜਲੰਧਰ ਤੋਂ ਮੇਨ ਹਾਈਵੇ 'ਤੇ ਚੜ ਚੱਲੇ ਹਾਂ। ਅਤੇ ਹਾਈਵੇ ਦੀ ਸਪੀਡ ਇਹਨਾਂ ਨੇ ਕੀਤੀ ਹੋਈ ਹੈ ਕਾਰ ਵਾਸਤੇ 90, ਆ ਲਿਖਿਆ ਬੋਰਡ 'ਤੇ ਹਾਈਵੇ ਦੇ ਉੱਤੇ 90 ਦੀ ਸਪੀਡ ਦੱਸੀ ਹੋਈ ਆ ਲਿਖ ਕੇ ਬੋਰਡ 'ਤੇ। ਆਪਾਂ ਵੀ 90 ਦੀ ਸਪੀਡ ਸੈੱਟ ਕਰ ਲੈਂਦੇ ਹਾਂ ਕਰੂਜ਼ ਕੰਟਰੋਲ 'ਤੇ, ਤਾਂ ਜੋ ਕਿ ਚਲਾਨ ਨਾ ਕੱਟ ਹੋਵੇ, ਕਿਉਂਕਿ ਇੱਥੇ ਜਗ੍ਹਾ ਜਗ੍ਹਾ ਸਪੀਡ ਕੈਮਰੇ ਵੀ ਲੱਗੇ ਹੋਏ ਨੇ, ਤੁਹਾਡੇ ਚਲਾਨ ਆਟੋਮੈਟਿਕ ਹੀ ਕੱਟੇ ਜਾਂਦੇ ਨੇ ਜੇ ਤੁਸੀਂ ਓਵਰ ਸਪੀਡਿੰਗ ਕਰਦੇ ਹੋ, ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੁੰਦਾ। ਅਤੇ ਆਪਾਂ 90 ਦੀ ਸਪੀਡ ਸੈੱਟ ਕਰ ਲੈਂਦੇ ਹਾਂ। ਲਓ ਜੀ ਕਰੂਜ਼ ਕੰਟਰੋਲ ਨਾਲ ਆਪਾਂ 90 ਦੀ ਸਪੀਡ ਸੈੱਟ ਕਰਤੀ ਆ, ਅਤੇ ਆਪਾਂ ਹੁਣ ਐਕਸਲੇਟਰ ਤੋਂ ਵੀ ਪੈਰ ਚੱਕ ਲਿਆ, ਅਤੇ ਇਹ ਹੁਣ 90 ਦੀ ਸਪੀਡ ਇਸੇ ਤਰ੍ਹਾਂ ਹੀ ਰਹੂਗੀ ਜਿੰਨੇ ਚਿਰ ਆਪਾਂ ਬ੍ਰੇਕ ਨਹੀਂ ਲਾਵਾਂਗੇ ਜਾਂ ਆਪਾਂ ਡੀ ਕਰੂਜ਼ ਨਹੀਂ ਕਰਾਂਗੇ। ਲਓ ਜੀ ਪਹੁੰਚ ਗਏ ਹਾਂ ਫਗਵਾੜਾ ਸ਼ਹਿਰ। ਆ ਲੱਗਾ ਜੀ ਬੋਰਡ ਜੀ ਆਇਆਂ ਨੂੰ ਨਗਰ ਨਿਗਮ ਫਗਵਾੜਾ। ਲਓ ਜੀ ਜਲੰਧਰ ਤੋਂ ਲੁਧਿਆਣੇ ਵਾਲਾ ਟੂਲ ਪਲਾਜ਼ਾ ਆ ਗਿਆ। ਜਲੰਧਰ ਤੋਂ ਲੁਧਿਆਣੇ ਵਾਲਾ ਜਿਹੜਾ ਟੂਲ ਪਲਾਜ਼ਾ ਹੈਗਾ ਇਹ ਕਾਫੀ ਕੋਸਟਲੀ ਹੈ। 150 ਰੁਪਏ ਲੱਗੇ ਇੱਕ ਸਾਈਡ ਦੇ ਟੋਲ ਦੇ, ਜੋ ਕਿ ਕਾਫੀ ਕੋਸਟਲੀ ਆ। ਮੇਰੇ ਖਿਆਲ ਦਿੱਲੀ ਤੱਕ ਦੇ ਸਫ਼ਰ ਦਾ ਇਹ ਸਭ ਤੋਂ ਮਹਿੰਗਾ ਟੋਲ ਹੋਣਾ। ਬਾਕੀ ਅੱਗੇ ਦੇਖਦੇ ਹਾਂ, ਜੇ ਕੋਈ ਰਾਤ ਵਿੱਚ ਇਸ ਤੋਂ ਮਹਿੰਗਾ ਟੋਲ ਆਇਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ। ਲਓ ਜੀ ਆ ਗਿਆ ਲੁਧਿਆਣਾ ਸ਼ਹਿਰ। ਇਹ ਲੁਧਿਆਣਾ ਸ਼ਹਿਰ ਪੂਰਾ ਫਲਾਈਓਵਰ 'ਤੇ ਹੀ ਕ੍ਰੋਸ ਹੋ ਜਾਂਦਾ। ਲਓ ਜੀ ਰਾਹ ਦੇ ਵਿੱਚ ਗਾਣੇ ਗੁਣੇ ਸੁਣਦੇ ਸੁਣਦੇ ਆਪਾਂ ਪਹੁੰਚ ਗਏ ਹਾਂ ਰਾਜਪੁਰਾ। 2:10 ਹੋ ਚੁੱਕੇ ਨੇ ਘੜੀ 'ਤੇ, ਅਤੇ ਆਹ ਮੇਰੇ ਪਿੱਛੇ ਨੇ ਰਾਜਪੁਰਾ ਦਾ ਮੈਕਡੋਨਲ, ਅਤੇ ਇਸ ਮੈਕਡੋਨਲ ਤੋਂ ਕੁਝ ਖਾਣੇ ਪੀਣੇ ਆ। ਮੈਕਡੋਨਲ 'ਤੇ ਮੈਂ ਬਰਗਰ ਤਾਂ ਖਾ ਲਿਆ ਸੀਗਾ, ਪਰ ਚਾਹ ਪੀਣ ਲਈ ਮੈਂ ਰਾਜਪੁਰੇ 'ਤੇ ਆਹ ਢਾਬੇ 'ਤੇ ਰੁਕਿਆ, ਅਤੇ ਇੱਥੇ ਚਾਹ ਪੀਂਦੇ ਹਾਂ।
लो जी रायपुरे तो अंबाले जान वाला जिहड़ा टोल प्लाजा हैगा आ गया चंबो बैरियर टोल प्लाजा कहिंदे इहनूं। देखदे आ इहदा किन्ना हैगा वा अपना टोल टैक्स इहदा। हैलो वीर ओ पाजी, हैलो पाजी, किन्ने दा टोल प्लाजा, किन्ने दा? पचासी रुपए का। ठीक, ये जो टोल प्लाजा है वा राजपुरे तो अंबाले जाने वास्ते इस दे 85 रुपए लेंदे ने। लो जी हरियाणे दे विच एंट्री करन जा रहे हैं, ते हरियाणे ने गेट बनाया है उत्ते लिखा हरियाणा ते अंबाला सिटी आ पहला ये हरियाणे दे विच एंटर करदे आ ही अंबाला शहर होना। आ सोहनिया लाइटां लाइया हुई। लो जी आप पहुंच चुके हैं पानीपत। ये पानीपत की हवेली बहुत सोहना लिखा हुआ है, पानीपत की हवेली भी दी बिल्डिंग भी बहुत ही सोहनी है। लो जी दिल्ली आ गई, पहुंच गए दिल्ली शहर। लो जी पहुंच गए आप दिल्ली, 7:30 हो गए ने सवेर दे। रस्ते दे विच आप म्यूजिक सुनिया, एक घंटा रेस्ट भी की, खादा पीता भी, ते होर मेरिया अगे तो यह वीडियो देखने वास्ते इस चैनल नू सबसक्राइब ते वीडियो नू लाइक जरूर करो। तद तक लई बाय बाय।